ਇੰਡੀਆ ਨਿਊਜ਼। ਮੌਕਾ ਹੈਗਾ ਗੁਰੂ ਸਾਹਿਬ ਦੇ 550ਵੇਂ ਗੁਰਪੁਰਬ ਦਾ, ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਹਿਲੇ 550ਵੇਂ ਗੁਰਪੁਰਬ ਦਾ। ਅਤੇ ਗੁਰੂ ਸਾਹਿਬ ਦੀ ਗੱਲ ਚੱਲੇ ਅਤੇ ਸੂਫੀਅਤ ਦੀ ਗੱਲ ਨਾ ਹੋਵੇ, ਇਹ ਹੋ ਨਹੀਂ ਸਕਦਾ। ਅਤੇ ਸੂਫੀਅਤ ਦੀ ਗੱਲ ਚੱਲੇ ਅਤੇ ਸੂਫੀਅਤ ਕੀ ਸੁਲਤਾਨਾ ਦੀ ਗੱਲ ਨਾ ਹੋਵੇ, ਇਹ ਵੀ ਨਹੀਂ ਹੋ ਸਕਦਾ। ਅਗਰ ਗੁਰੂ ਸਾਹਿਬ ਦੀ ਗੱਲ ਕਰੀਏ ਤਾਂ ਗੁਰੂ ਸਾਹਿਬ ਦੇ ਨਾਲ ਹਮੇਸ਼ਾ ਬਾਲਾ ਔਰ ਮਰਦਾਨਾ ਹੁੰਦੇ ਸੀਗੇ। ਅਤੇ ਅੱਜ ਦੀ ਸੂਫੀਅਤ ਦੀ ਗੱਲ ਕਰੇ ਤਾਂ ਸੂਫੀਅਤ ਕੀ ਸੁਲਤਾਨਾ, ਜਿਹੜਾ ਸੂਫੀਅਤ ਦਾ ਗੜ ਹੈਗਾ ਹੈ, ਉਸਦੀ ਰਾਣੀ ਕਹੀਏ ਤਾਂ ਕੋਈ ਗਲਤੀ ਨਹੀਂ ਹੋਏਗੀ। ਇਸ ਵੇਲੇ ਸਾਡੇ ਨਾਲ ਮੌਜੂਦ ਨੇ ਸੂਫੀਅਤ ਕੀ ਰਾਣੀ ਮੈਮ ਹਰਸ਼ਦੀਪ ਕੌਰ ਜੀ। ਮੈਮ ਲਿਵਿੰਗ ਇੰਡੀਆ ਨਿਊਜ਼ 'ਚ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ ਇੰਨਾ ਸਮਾਨ ਦੇਣ ਲਈ, ਥੈਂਕ ਯੂ ਸੋ ਮੱਚ। ਮੈਮ ਮੌਕਾ ਹੈਗਾ 550ਵੇਂ ਗੁਰਪੁਰਬ ਦਾ, ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਪੁੱਜੀਆਂ, ਬਹੁਤ ਸ਼ਾਹ ਹੈ, ਕੈਪਟਨ ਸਾਹਿਬ ਜਿੱਥੇ ਪੁੱਜੇ, ਚੰਨੀ ਜੀ ਇੱਥੇ ਬੈਠੇ ਹੈ, ਬਹੁਤ ਸ਼ਾਹ ਹੈ ਹਰ ਇੱਕ 'ਚ। ਔਰ ਨਾਲ ਗੱਲ ਕਰੀਏ ਕਰਤਾਰਪੁਰ ਲਾਂਘਾ ਖੁੱਲ੍ਹਣ ਜਾ ਰਿਹਾ, ਇਸ ਕਰਕੇ ਉਹ ਸ਼ਾਹ ਹੋਰ ਵੀ ਡਬਲ ਹੋ ਗਿਆ ਹੈ। ਇਸ ਮੌਕੇ ਸਾਡੇ ਦਰਸ਼ਕਾਂ ਨੂੰ, ਲਿਵਿੰਗ ਇੰਡੀਆ ਨਿਊਜ਼ ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਜੀ ਮੈਂ ਇਸ ਇਤਿਹਾਸਿਕ ਮੌਕੇ 'ਤੇ ਮੈਂ ਸਾਰਿਆਂ ਨੂੰ ਮੈਂ ਕਹਾਂਗੀ ਕਿ ਮੈਂ ਵੀ ਅਤੇ ਸਾਰੇ ਲੋਕ ਜਿਹੜੇ ਸਪੈਸ਼ਲੀ ਜਿਹੜੇ ਇੱਥੇ ਆਏ ਨੇ ਸੁਲਤਾਨਪੁਰ ਲੋਧੀ ਆਏ ਨੇ, ਉਹ ਗਵਾਹ ਬਣੇ ਨੇ ਇਸ ਇਤਿਹਾਸਿਕ ਮੌਕੇ 'ਤੇ। ਅਤੇ ਕਾਫੀ ਅਸੀਂ ਖੁਸ਼ਨਸੀਬ ਹਾਂ ਕਿ ਅਸੀਂ ਇਸ ਮੰਜ਼ਰ ਦੇ ਅਸੀਂ ਗਵਾਹ ਬਣੇ, ਅਸੀਂ ਦੇਖ ਪਾ ਰਹੇ ਹਾਂ। ਮੈਂ ਆਪਣੇ ਆਪ ਨੂੰ ਬਹੁਤ ਲੱਕੀ ਸਮਝਦੀ ਹਾਂ। ਅੱਜ ਦਰਸ਼ਕਾਂ ਨੂੰ ਦੱਸ ਦਈਏ, ਸਿਰਫ ਪੰਜਾਬੀ ਸੂਫੀਅਤ ਨਹੀਂ, ਸਿਰਫ ਬੋਲੀਵੁੱਡ ਨਹੀਂ, ਮੈਮ ਹੋਲੀਵੁੱਡ ਵੀ ਗਾ ਚੁੱਕੇ। ਔਰ ਗੱਲ ਕਰੀਏ ਰੋਕ ਸਟਾਰ ਮੂਵੀ, ਫੇਮਸ ਰੋਕ ਸਟਾਰ ਮੂਵੀ ਦਾ ਗਾਣਾ ਰੂਮ ਕੱਤਿਆ ਕਰੂੰ ਬਹੁਤ ਫੇਮਸ ਹੋਇਆ, ਉਹ ਵੀ ਮੈਮ ਨੇ ਗਾਇਆ। ਆਈਫਾ ਅਵਾਰਡਸ ਬੈਸਟ ਫੀਮੇਲ ਪਲੇਬੈਕ ਸਿੰਗਰ ਦਾ ਅਵਾਰਡ ਵੀ ਮੈਮ ਨੂੰ ਮਿਲਿਆ, ਦੋ ਰਿਐਲਿਟੀ ਸ਼ੋਜ਼ ਵੀ ਜਿੱਤੇ ਨੇ। ਔਰ ਜਿੰਨੀ ਤਾਰੀਫ ਕਰੀਏ ਘੱਟ ਹੈ, ਲੇਕਿਨ ਅੱਜ ਗੱਲ ਕਰਾਂਗੇ ਗੁਰਪੁਰਬ ਦੀ। ਮੈਮ ਦਾ ਗਾਣਾ ਆਇਆ ਹੁਣੇ ਗੁਰੂ ਨਾਨਕ ਆਏ, ਮੈਮ ਉਸ ਬਾਰੇ ਦਰਸ਼ਕਾਂ ਨੂੰ ਥੋੜ੍ਹਾ ਦੱਸੋ। ਜੀ ਮੈਂ ਇੱਕ ਗੀਤ ਕੰਪੋਜ਼ ਕੀਤਾ ਹੈ, ਧਾਰਮਿਕ ਗੀਤ, ਜਿੱਦਣ ਆਇਆ ਸਤਿਗੁਰੂ ਨਾਨਕ ਆਏ ਨੇ, ਅਤੇ ਮੈਨੂੰ ਬਹੁਤ ਜ਼ਿਆਦਾ ਇਸ ਗੀਤ ਲਈ ਮੈਨੂੰ ਪਿਆਰ ਮਿਲ ਰਿਹਾ ਹੈ ਵਰਲਡ ਓਵਰ, ਲੋਕੀ ਨੂੰ ਦੇਖ ਰਹੇ ਨੇ ਅਤੇ ਕਾਫੀ ਵਾਇਰਲ ਹੋ ਰਿਹਾ, ਲੋਕ ਸ਼ੇਅਰ ਕਰ ਰਹੇ ਨੇ ਇੱਕ ਦੂਜੇ ਦੇ ਨਾਲ। ਅਤੇ ਇਹਦੀ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਮੇਰੇ ਇਲਾਵਾ 9 ਬੋਲੀਵੁੱਡ ਦੇ ਵੱਡੇ ਵੱਡੇ ਸਿੰਗਰਸ ਨੇ, ਮਿਊਜ਼ਿਕ ਡਾਇਰੈਕਟਰਸ ਨੇ, ਜਿਨ੍ਹਾਂ ਨੇ ਆ ਕੇ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਲਈ ਅਸੀਂ ਜ਼ਰੂਰ ਆਵਾਂਗੇ। ਅਤੇ ਸਾਰਿਆਂ ਨੇ ਇਕੱਠੇ ਹੋ ਕੇ ਮੈਂ ਕੰਪੋਜ਼ ਕੀਤਾ ਹੈ, ਅਤੇ ਜਗਮੀਤ ਬਲ ਚਰਨਜੀਤ ਜੀ ਨੇ ਲਿਖਿਆ ਹੈ, ਜਗਮੀਤ ਬਲ ਨੇ ਇਹਦੀ ਵੀਡੀਓ ਬਣਾਈ ਹੈ, ਅਤੇ ਸਾਰੇ ਜਿਹੜੇ ਆਰਟਿਸਟ ਨੇ ਉਹਨਾਂ ਨੇ ਆ ਕੇ ਇਹਦੇ 'ਚ ਫੀਚਰ ਕੀਤਾ ਹੈ। ਅਤੇ ਇਹਦੇ 'ਚ ਕਪਿਲ ਸ਼ਰਮਾ, ਸ਼ੰਕਰ ਮਹਾਦੇਵਨ, ਸੁਖਸ਼ਿੰਦਰ ਸ਼ਿੰਡਾ, ਸ਼ਾਨ ਸ਼ੇਖਰ, ਸਲੀਮ ਮਰਚੈਂਟ, ਜਸਪਿੰਦਰ ਨਰੋਲਾ ਜੀ, ਰਚਾ ਸ਼ਰਮਾ ਜੀ ਅਤੇ ਨੀਤੀ ਮੋਹਨ ਜੀ, ਇਹਨਾਂ ਸਾਰਿਆਂ ਨੇ ਆ ਕੇ ਸ਼ਿੱਦਤ ਦਿੱਤੀ ਹੈ ਆਪਣੀ। ਅਤੇ ਮੈਮ ਨੇ ਦੱਸਿਆ ਜਿਵੇਂ ਨਵਾਂ ਜਿਹੜੇ ਸ਼ਬਦ ਆਇਆ, ਨਵਾਂ ਭਜਨ ਆਇਆ, ਅਤੇ ਉਸ 'ਚ ਬੜੇ ਬੜੇ ਹੈ ਜਿਹੜੇ ਸਿੰਗਰਸ ਹੈਗੇ ਆ, ਉਹ ਵੀ ਨਾਲ ਹੈ, ਮੈਮ ਤਾਂ ਹੈਗੇ ਹੀ ਨੇ। ਅਤੇ ਗੱਲ ਕੀਤੀ ਜਾਵੇ ਗੁਰਪੁਰਬ ਦੀ, ਗੁਰਪੁਰਬ ਦੀ ਗੱਲ ਚੱਲੇ ਤਾਂ ਜਿੱਥੇ ਲੰਗਰ ਲੱਗੇ ਹੋਏ ਨੇ, ਸਮਾਗਮ ਹੋ ਰਹੇ, ਉੱਥੇ ਸੂਫੀਅਤ ਦੇ ਬਿਨਾਂ ਇਹ ਜਿਹੜਾ ਗੁਰਪੁਰਬ ਹੈ ਉਹ ਕਿਤੇ ਨਾ ਕਿਤੇ ਅਧੂਰਾ ਰਹਿ ਜਾਂਦਾ, ਕਿਉਂਕਿ ਸੂਫੀਅਤ ਸਾਡੇ ਰੂਹ ਨੂੰ ਟੱਚ ਕਰਦੀ ਹੈ ਔਰ ਰੂਹ ਉਸ ਪਰਮਾਤਮਾ ਨੂੰ ਮਿਲਾਉਂਦੀ ਹੈ। ਅਤੇ ਗੱਲ ਕੀਤੀ ਜਾਵੇ ਹੁਣ ਮੈਮ ਨੂੰ ਤੋਂ ਚਾਹਾਂਗੇ ਅਸੀਂ ਕਿ ਕੁਛ ਜਿਹੜੇ ਹੈਗੇ ਸ਼ਬਦ ਦੇ ਜਿਹੜੇ ਹੈਗੇ ਦੋ ਲਾਈਨਾਂ ਸਾਡੇ ਦਰਸ਼ਕਾਂ ਲਈ ਜ਼ਰੂਰ ਗੁਣਗੁਣਾਉਣ। ਜੀ ਮੈਂ ਇਹੀ ਧਾਰਮਿਕ ਗੀਤ ਸਤਿਗੁਰੂ ਨਾਨਕ ਆਏ ਨੇ, ਉਹਦੀ ਮੈਂ ਦੋ ਲਾਈਨਾਂ ਮੈਂ ਗੁਰੂ ਨਾਨਕ ਜੀ ਨੂੰ ਮੈਂ ਡੈਡੀਕੇਟ ਕਰਦੇ ਹੋਏ ਗਾਵਾਂਗੀ। ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ, ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ, ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ, ਚਲੋ ਚਲ ਭਵ ਸਾਗਰ ਮਿਲ ਤਰੀਏ ਉਹ ਕਲਯੁਗ ਤਾਰਨ ਆਏ ਨੇ, ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ। ਥੈਂਕ ਯੂ ਜੀ, ਬਹੁਤ ਵਧੀਆ ਮੈਮ ਨੇ ਸਮਾਂ ਬੰਨਿਆ, ਸਾਰੇ ਦਰਸ਼ਕ ਜ਼ਰੂਰ ਇਹਨੂੰ ਵੱਧ ਤੋਂ ਵੱਧ ਪਿਆਰ ਕਰਨਗੇ, ਕਿਉਂਕਿ ਜਿਹੜਾ ਇਹ ਗੀਤ ਹੈਗਾ ਇਹ ਬਹੁਤ ਜਗ੍ਹਾ ਸ਼ੇਅਰ ਹੋ ਰਿਹਾ ਹੈ, ਹਰ ਨਿਊਜ਼ ਚੈਨਲ 'ਚ ਚੱਲ ਰਿਹਾ, ਹਰ ਚੈਨਲ 'ਤੇ ਚੱਲ ਰਿਹਾ, ਹਰ ਇੱਕ ਦੇ ਮੋਬਾਈਲ 'ਤੇ ਚੱਲ ਰਿਹਾ ਹੈ। ਅਤੇ ਮੈਮ ਕੰਪੋਜ਼ ਕਿਸ ਨੇ ਕੀਤਾ ਹੈ ਗਾਣਾ? ਜੀ ਇਹ ਜ਼ਿੰਮੇਵਾਰੀ ਮੈਂ ਲਿੱਤੀ ਹੈ, ਮੈਂ ਕੰਪੋਜ਼ ਕੀਤਾ। ਹਾਂਜੀ, ਅਤੇ ਮੈਮ ਨੇ ਕਿੰਨਾ ਵਧੀਆ ਇੱਥੇ ਭਜਨ ਸੁਣਾਇਆ, ਸ਼ਬਦ ਸੁਣਾਇਆ। ਅਤੇ ਮੈਮ ਨੂੰ ਜਿਹੜਾ ਕਰਤਾਰਪੁਰ ਲਾਂਘਾ ਖੁੱਲ੍ਹਣ ਜਾ ਰਿਹਾ 9 ਤਰੀਕ ਨੂੰ, ਮੈਮ ਹੁਣ ਤੱਕ ਨਾ ਜਦ ਵੀ ਅਰਦਾਸ ਕਰਦੀ ਸੀ ਸੰਗਤਾਂ, ਹਮੇਸ਼ਾ ਗੁਰੂ ਸਾਹਿਬ ਤੋਂ ਖੁੱਲ੍ਹੇ ਦਰਸ਼ਨ ਦੀਦਾਰ ਮੰਗਦੀ ਸੀ, ਅਤੇ ਗੁਰੂ ਸਾਹਿਬ ਉਹ ਬਖਸ਼ਿਸ਼ ਕੀਤੀ ਆਪਣੇ 550ਵੇਂ ਗੁਰਪੁਰਬ 'ਤੇ, ਇਸ ਲਈ ਕੀ ਕਹਿਣਾ ਚਾਹੋਗੇ? ਜੀ ਮੈਂ ਜਿੱਦਾਂ ਤੁਹਾਨੂੰ ਆਪਣੇ ਧਾਰਮਿਕ ਗੀਤ ਦੀ ਮੈਂ ਗੱਲ ਦੱਸ ਰਹੀ ਸੀ, ਇਹ ਜਿਹੜਾ ਪ੍ਰੋਜੈਕਟ ਹੈ ਕਿ ਇਹਨੇ ਸਿੰਗਰਸ ਨੂੰ ਇਕੱਠੇ ਕਰਨਾ, 10 ਸਿੰਗਰਸ ਨੂੰ ਇੱਕ ਸਾਥ ਇੱਕ ਐਂਥਮ ਲਈ, ਉਹ ਵੀ ਬੜਾ ਹੀ ਮੁਸ਼ਕਿਲ ਲੱਗ ਰਿਹਾ ਸੀ, ਬਟ ਆਪਣੇ ਆਪ ਹੀ ਚੀਜ਼ਾਂ ਹੁੰਦੀਆਂ ਗਈਆਂ। ਇੱਦਾਂ ਲੱਗ ਰਿਹਾ ਸੀ ਕਿ ਬਾਬਾ ਨਾਨਕ ਜਿਹੜੇ ਨੇ ਉਹਨਾਂ ਨੇ ਆਪ ਹੀ ਸਾਨੂੰ ਆਸ਼ੀਰਵਾਦ ਦਿੱਤਾ, ਆਪ ਹੀ ਉਹ ਸਾਰੇ ਰਸਤੇ ਖੋਲ੍ਹ ਰਹੇ ਸੀ। ਅਤੇ ਮੈਨੂੰ ਲੱਗਦਾ ਕਿ ਇੱਦਾਂ ਤਾਂ ਕੋਈ ਰਸਤਾ ਨਹੀਂ ਹੈ ਜਿਹੜਾ ਬਾਬਾ ਨਾਨਕ ਜੀ ਨਹੀਂ ਖੋਲ੍ਹ ਸਕਦੇ, ਅਤੇ ਕਰਤਾਰਪੁਰ ਲਾਂਘਾ ਜਿਹੜਾ ਖੁੱਲ੍ਹ ਰਿਹਾ, ਆਈ ਥਿੰਕ ਸਾਰਿਆਂ ਦੀ ਜਿਹੜੀ ਪ੍ਰੇਅਰਸ ਨੇ ਉਹ ਬਾਬਾ ਜੀ ਨੇ ਸੁਣ ਲਈ ਹੈ।
ਅਤੇ ਉਹਨਾਂ ਦਾ ਜਿਹੜਾ ਮੈਸੇਜ ਹੈ ਇੱਕ ਓਂਕਾਰ ਦਾ, ਗੋਡ ਇਜ਼ ਵਨ, ਉਹ ਸਾਡੇ ਸਾਹਮਣੇ ਆ ਰਿਹਾ ਅਤੇ ਕੋਈ ਵੀ ਆਪਸ 'ਚ ਵੈਰ ਸਾਰੇ ਭੁੱਲ ਗਏ ਨੇ ਅਤੇ ਦੋਸਤੀ ਦਾ ਇਹ ਪੈਗਾਮ ਹੈ ਅਤੇ ਮੇਰੀ ਇਹ ਪ੍ਰੇਅਰ ਹੈ ਕਿ ਅੱਗੇ ਜਾ ਕੇ ਵੀ ਸਾਰੇ ਮੁਲਕਾਂ ਦੇ ਵਿੱਚ ਹਮੇਸ਼ਾ ਪਿਆਰ ਹੀ ਰਹੇ। ਅਤੇ ਇਹ ਸਨ ਸਾਡੇ ਨਾਲ ਮੈਮ ਹਰਸ਼ਦੀਪ ਕੌਰ ਜੀ, ਸੂਫੀ ਸੁਲਤਾਨਾ ਇਹਨਾਂ ਨੂੰ ਕਿਹਾ ਜਾਂਦਾ ਹੈ। ਸਿਰਫ ਹਿੰਦੀ ਨਹੀਂ, ਪੰਜਾਬੀ ਨਹੀਂ, ਤੇਲਗੂ, ਮੇਰਠ, ਗੁਜਰਾਤੀ, ਪਤਾ ਨਹੀਂ ਕਿੰਨੀ ਭਾਸ਼ਾਵਾਂ 'ਚ ਗਾਉਂਦੇ ਨੇ। ਬੋਲੀਵੁੱਡ, ਪੰਜਾਬੀ ਸੌਂਗਸ, ਹੋਲੀਵੁੱਡ ਤੱਕ ਗਏ ਨੇ ਅਤੇ ਉਹਨਾਂ ਨੇ ਬਹੁਤ ਵਧੀਆ ਸ਼ਬਦ ਸੁਣਾਇਆ। 550ਵੇਂ ਗੁਰਪੁਰਬ ਦਾ ਮੌਕਾ ਹੈ ਅਤੇ ਸਾਡੇ ਦਿਲ ਨੂੰ ਤਾਂ ਛੋ ਹੀ ਗਿਆ ਹੈ, ਉਮੀਦ ਪੂਰੀ ਹੈ ਤੁਹਾਡੇ ਦਿਲ ਨੂੰ ਵੀ ਛੋਏਗਾ ਅਤੇ ਗੁਰਪੁਰਬ ਦਾ ਹਰ ਰੰਗ ਲਿਵਿੰਗ ਇੰਡੀਆ ਨਿਊਜ਼ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦਾ ਰਹੇਗਾ। ਕੈਮਰਾਮੈਨ ਦੀਪਕ ਦੇ ਨਾਲ ਅੰਕੁਸ਼ ਕੋਹਲੀ, ਲਿਵਿੰਗ ਇੰਡੀਆ ਨਿਊਜ਼, ਸੁਲਤਾਨਪੁਰ ਲੋਧੀ। ਅਗਰਵਾਲ ਲਿਵਰ ਅਤੇ ਗੱਟ ਸੁਪਰ ਸਪੈਸ਼ਲਿਟੀ ਹਸਪਤਾਲ, ਜੇਪੀ ਨਗਰ, ਜਲੰਧਰ। ਇੱਥੇ ਹਰ ਤਰ੍ਹਾਂ ਦੀ ਪੇਟ ਅਤੇ ਲਿਵਰ ਦੀਆਂ ਬਿਮਾਰੀਆਂ ਜਿਵੇਂ ਪੀਲੀਆ, ਖੂਨ ਦੀ ਉਲਟੀ, ਪਿੱਤੇ ਦੀ ਪੱਥਰੀ ਅਤੇ ਪੇਟ ਅਤੇ ਲਿਵਰ ਦੇ ਕੈਂਸਰ ਦਾ ਇਲਾਜ ਵਿਦੇਸ਼ੀ ਤਕਨੀਕ ਨਾਲ ਮਾਹਿਰ ਡਾਕਟਰਾਂ ਵੱਲੋਂ ਤਸੱਲੀ ਬਖਸ਼ ਕੀਤਾ ਜਾਂਦਾ ਹੈ। ਸੰਪਰਕ ਕਰੋ 0181 502 0070।